ਸਤਿ ਸ਼੍ਰੀ ਅਕਾਲ ਜੀ। ਅੱਜ ਫਿਰ ਵੀਡੀਓ ਨਰਮੇ ਤੇ ਹੈ ਤੇ ਨਰਮੇ ਦੇ ਵੀਡੀਓ ਅੱਜ ਸਪਰੇ ਕਰਕੇ ਹਟੇ ਆ। ਆ ਨਰਮਾ ਤਾਂ ਵੱਡਾ, ਇਹਦੇ 'ਚ ਤਾਂ ਟਰੈਕਟਰ ਨਹੀਂ ਗਾ ਵੜਦਾ, ਇਹਦੇ 'ਤੇ ਤਾਂ ਹੁਣ ਸਾਡੀ ਮਜਬੂਰੀ ਬਣ ਕੇ ਡਰਮੀਆਂ ਨਾਲ ਕਰਨੀ ਪਊਗੀ, ਕਿਉਂਕਿ ਇਹਦੀ ਹਾਈਟ ਹੋ ਗਈ 7-7 ਫੁੱਟ। ਇੱਥੇ ਥੋੜ੍ਹੀ ਜਿਹੀ ਘੱਟ ਆ, ਇੱਧਰ 7-7 ਫੁੱਟ ਤੋਂ ਵੀ ਜ਼ਿਆਦਾ ਹੋ ਗਈ। ਇਹਨੂੰ ਆਪਾਂ ਪਹਿਲਾਂ ਰੋਕਣ ਵਾਲੀ ਸਪਰੇ ਇੱਕ ਕਰੀ ਹੈ, ਜਿਹੜੀ ਉਹ ਬਾਇਰ ਦੀ ਆਉਂਦੀ ਹੈ, ਮਿਕਸ ਹੈਗੀ ਆ ਉਹ, ਦੋ ਸਪਰੇਆਂ ਲੀਓਸੈਨ ਅਤੇ ਚਮਤਕਾਰ ਦੋ ਮਿਕਸ ਹੈ, ਉਹ ਕਰੀ ਹੈ ਇਹਨੂੰ ਰੋਕਣ ਵਾਸਤੇ। ਅਤੇ ਵੀਡੀਓ ਅੱਜ ਦੀ ਇਹ ਹੈ ਵੀ ਚਿੱਟੇ ਮੱਛਰ ਦਾ ਫੁੱਲ ਅਟੈਕ ਆ ਚੁੱਕਿਆ। ਹੁਣ ਸਾਰੇ ਆਪੋ ਆਪਣੇ ਖੇਤਾਂ 'ਚ ਧਿਆਨ ਦਿਓ, ਨਰਮੇ ਨੂੰ ਚੱਕਰ ਮਾਰੋ ਵੀ ਜਿਹੜੇ ਹਿਸਾਬ ਨਾਲ ਜਿਹੜੀ ਕੋਈ ਸਪਰੇ ਚੰਗੀ ਲੱਗਦੀ ਹੈ ਚੰਗੀ ਸਪਰੇ ਕਰ ਦਿਓ ਹੁਣ ਇੱਕ, ਕਿਉਂਕਿ ਹੁਣ ਚਿੱਟੇ ਮੱਛਰ ਦਾ ਵੀ ਫੁੱਲ ਅਟੈਕ ਹੈ ਅਤੇ ਜਿਹੜੀ ਬਿਜਾਈ ਟਾਈਮ ਨਾਲ ਹੋਈ ਆ ਉਹਨੂੰ ਫਲਦ ਦਾ ਵੀ ਫੁੱਲ ਜ਼ੋਰ ਹੈ। ਅਤੇ ਚਿੱਟਾ ਸੁੰਡੀ ਹੈ ਨਹੀਂ ਆ, ਸੁੰਡੀ ਕੋਈ ਗੁਲਾਬੀ ਸੁੰਡੀ ਵਾਲੀ ਹੈ ਨਹੀਂ, ਜਿਵੇਂ ਪਿੱਛੇ ਸਿੱਲਾ ਮੌਸਮ ਹੋਇਆ ਸੀਗਾ, ਬੱਦਲ ਬੁੱਦਲ ਜੇ ਸੀਗੇ ਉਦੋਂ ਮਾੜੀ ਮੋਟੀ ਆਈ ਸੀਗੀ ਸੁੰਡੀ ਦਿਖਦੀ ਸੀ, ਪਰ ਅੱਜ ਫਿਰ ਸੁੰਡੀ ਵੇਖੀ ਹੈ, ਕੋਈ ਗੁਲਾਬੀ ਸੁੰਡੀ ਵਾਲੀ ਹੈ ਨਹੀਂ। ਚਿੱਟੇ ਮੱਛਰ ਦਾ ਜਿੰਨਾ ਕਹਿ ਦਈਏ ਫੁੱਲ ਅਟੈਕ ਹੈ। ਹੁਣ ਟਰੈਕਟਰ ਨਾਲ ਅਸੀਂ ਸਪਰੇ ਕਰੀਏ, ਟਰੈਕਟਰ ਵੀ ਚਿੱਟੇ ਮੱਛਰ ਨਾਲ ਭਰ ਗਿਆ, ਇੰਨਾ ਅਟੈਕ ਹੈ ਚਿੱਟੇ ਮੱਛਰ ਦਾ। ਕੋਈ ਵੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਸਪਰੇ, ਚੰਗੀ ਸਪਰੇ ਕਰ ਦਿਓ ਇੱਕ ਟਕਾ ਕੇ, 150 ਲੀਟਰ ਪਾਣੀ ਲਾ ਕੇ ਚਿੱਟੇ ਮੱਛਰ ਵਾਲੀ, ਵਿੱਚ ਕੋਈ ਤੇਲੇ ਵਾਲੀ ਪਾ ਦਿਓ ਜੇ ਆਪਦੇ ਹਿਸਾਬ ਨਾਲ, ਜੇ ਸੁੰਡੀ ਵਾਲੀ ਪਾਉਣੀ ਆ ਤਾਂ ਦੇਖ ਲਓ। ਪਰ ਆਪਾਂ ਗੱਲ ਕਰੀ ਸੀਗੀ ਜਦੋਂ ਜਿੱਦਾਂ ਆਹ ਨਰਮੇ ਦੀ ਬਿਜਾਈ ਕਰੀ ਹੈ 6 ਅਪ੍ਰੈਲ ਨੂੰ, ਵੀ ਇਹਦੀਆਂ ਵੀਡੀਓ ਵੀ ਪਾਵਾਂਗੇ ਅਤੇ ਦੱਸਿਆ ਵੀ ਕਰਾਂਗੇ ਵੀ ਕਿਹੜੀ ਵਰਾਇਟੀ ਚੰਗੀ ਹੈ ਕਿਹੜੀ ਮਾੜੀ ਹੈ। ਮੇਰੇ ਕੋਲ 4-5 ਵਰਾਇਟੀਆਂ ਹੈ, ਪਰ ਆਹ ਅਜੀਤ ਸੀਡ ਦੀ 177 ਵਰਾਇਟੀ ਹੈ, 6 ਅਪ੍ਰੈਲ ਦੀ ਇਹਦੀ ਬਿਜਾਈ ਹੈ, ਅਤੇ ਇਹਨੂੰ ਇੱਕ ਸਪਰੇ ਹੋਈ ਹੈ ਇਦੂ ਪਹਿਲਾਂ, ਅਤੇ ਦੂਜੀ ਕਰੀ ਹੈ ਅਸੀਂ ਸੁੰਡੀ ਵਾਲੀ ਜਿਹੜੀ ਬਾਇਰ ਦੀ ਆਉਂਦੀ ਹੈ, ਫਨੋਸ ਕਿੱਕ ਆਉਂਦੀ ਹੈ, ਉਹਦੇ 'ਚ ਡੈਸਸ ਅਤੇ ਫੇਮ ਵਾਲਾ ਸਾਲਟ ਮਿਕਸ ਹੈ, ਉਹ ਕਰੀ ਹੈ ਦੂਜੀ। ਅਤੇ ਤੁਸੀਂ ਨਾ ਨਰਮੇ ਦੀ ਅੱਡੋ ਅੱਡੀ ਵਰਾਇਟੀਆਂ ਦਾ ਹੁੰਦਾ ਵੀ ਕਿਸੇ ਨਰਮੇ ਨੂੰ ਵੱਧ ਹੈ ਬਿਮਾਰੀ, ਕਿਸੇ ਨੂੰ ਘੱਟ ਹੈ, ਪਰ ਜਿਹੜਾ ਅਜੀਤ ਸੀਡ ਦੀ ਇਹ ਵਰਾਇਟੀ ਹੈ, ਮੈਨੂੰ 3 ਸਾਲ ਹੋ ਗਏ ਬੀਜਦੇ ਨੂੰ, ਐਤਕੀ ਮੈਂ ਵੱਧ ਬੀਜਿਆ, ਪਿਛਲੇ ਸਾਲ ਜਿਵੇਂ ਪਿਛਲੇ ਸਾਲ 2 ਕਿੱਲੇ ਬੀਜੇ ਸੀ, ਪਿਛਲੇ ਸਾਲ 4, ਐਤਕੀ ਮੇਰੇ ਕੋਲ 10-12 ਕਿੱਲੇ ਆ ਇਹਦੇ। ਪਰ ਤੁਸੀਂ ਇਹਦੀ ਇੱਕ ਖਾਸੀਅਤ ਵੇਖੋ, ਨੇੜੇ ਕਰੀ ਕੈਮਰਾ, ਵੀ 2 ਸਪਰੇਆਂ ਇਹਨੂੰ ਹੋਈਆਂ, ਆਹ ਮੁੱਢਾਂ ਵਾਲੇ ਪੱਤੇ ਦੇਖੋ ਇਹਦੇ, ਬਿਲਕੁਲ ਸਹੀ, ਅਤੇ ਇਹਨੂੰ ਫਲ ਵੇਖੋ, ਸਪਰੇਆਂ 2 ਹੀ ਹੋਈਆਂ, ਪਰ ਮੁੱਢਾਂ ਵਾਲੇ ਪੱਤੇ ਵੀ ਜਮ੍ਹਾਂ ਸਹੀ, ਅਤੇ ਫਲ ਦੇਖੋ, ਉਤਲੇ ਪੱਤੇ ਦੇਖੋ, ਉੱਤੋਂ ਵੀ ਜਮ੍ਹਾਂ ਸਹੀ। ਜਿਹੜੀ ਅੱਜ ਦੀ ਕੰਡੀਸ਼ਨ ਹੈ, ਜਿਹੜੀ ਇਸ ਵਰਾਇਟੀ ਦੀ ਸਭ ਨਾਲੋਂ ਟੋਪ 'ਤੇ ਹੈ ਮੇਰੇ ਕੋਲ, 3-4 ਵਰਾਇਟੀਆਂ ਹੈ, ਸੋਹਣੇ ਤਾਂ ਦੂਜੇ ਵੀ ਵਧੀਆ ਖੜ੍ਹੇ ਹੈ, ਪਰ ਜਿਵੇਂ ਇਹਨੇ ਫਲ ਚੱਕਿਆ ਅਤੇ ਇਹਨੇ ਕੱਦ ਕਰਿਆ। ਇੱਕ ਹੋਰ ਖਾਸੀਅਤ ਹੈ ਇਹਦੇ 'ਚ, ਜਦੋਂ ਇਹ ਨਰਮਾ ਸੀਗਾ ਨਾ ਗੋਡੇ, ਇਹ ਨਰਮਾ ਫਲ ਚੱਕਿਆ ਸੀਗਾ, ਅਤੇ ਸਾਨੂੰ ਐਂ ਲੱਗੇ, ਮੈਂ ਕਿਹਾ ਯਾਰ ਇਹਨੇ ਵਧਣਾ ਨਹੀਂ ਗਾ, ਫਲ ਚੱਕ ਗਿਆ ਤਾਂ ਪੂਰਾ ਫਲ। ਕੰਪਨੀ ਵਾਲੇ ਵੀ ਇੱਥੇ ਆਏ, ਮੈਨੂੰ ਕਹਿੰਦੇ ਯਾਰ ਤੇਰਾ ਨਰਮਾ ਇਹ ਵਧਣਾ ਨਹੀਂ ਗਾ, ਕਹਿੰਦੇ ਤਾਂ ਫਲ ਚੱਕ ਵੀ ਗਿਆ, 6 ਅਪ੍ਰੈਲ ਦੀ ਬਿਜਾਈ ਹੈ ਇਹਦੀ, ਪਰ ਫਲ ਨਾਲੇ ਤਾਂ ਫਲ ਚੱਕੀ ਆਇਆ ਪਕਾਈ ਗਿਆ, ਅਤੇ ਨਾਲੇ ਇਹਦੀ ਹਾਈਟ ਦੇਖੋ, ਇੱਥੇ ਜਿੱਥੇ ਅਸੀਂ ਖੜ੍ਹੇ ਹਾਂ ਨਾ ਹਾਈਟ ਘੱਟ ਹੈ, ਇੱਧਰ ਨੂੰ ਹਾਈਟ 7.5-7 ਫੁੱਟ ਹਾਈਟ ਹੈ ਇਹਦੀ, 7 ਫੁੱਟ ਕਿਤੇ, 7.5 ਫੁੱਟ। ਮੈਂ ਰੋਕਣ ਵਾਲੀ ਅਸੀਂ ਸਪਰੇ ਕਰੀ ਇਹਨੂੰ, ਇਹ ਵੀ ਇਹਦੇ 'ਚ ਖਾਸੀਅਤ ਹੈ, ਇੱਕ ਕੁਆਲਿਟੀ ਹੈ ਵੀ ਜਿਵੇਂ ਫਲ ਵੀ ਚੱਕੀ ਜਾਂਦਾ। ਇਹ ਮੁੱਢਾਂ 'ਚ ਵੇਖੋ ਟਿੰਡੇ ਪੂਰੇ ਫੁੱਲ ਪੱਕੇ ਵੇ, ਸਾਰੇ ਇਕੱਲੇ ਇਸ ਬੂਟੇ ਨਾਲ ਨਹੀਂ, ਸਾਰਿਆਂ ਨਾਲ ਹੀ ਧਿਆਨ ਮਾਰ ਲਓ, ਇਹਦੇ ਨਾਲ ਧਿਆਨ ਮਾਰ ਲਓ, ਆਹ ਵੇਖੋ, ਆਹ ਵੇਖੋ ਮੁੱਢਾਂ ਵਾਲੇ ਟਿੰਡੇ ਫੁੱਲ ਪੱਕੇ। ਜਿਹੜੀ ਅੱਜ ਦੀ ਕੰਡੀਸ਼ਨ ਹੈ ਬਹੁਤ ਟੌਪ ਦੀ ਵਰਾਇਟੀ ਹੈ, ਅੱਗੇ ਵੀ ਆਪਾਂ ਇਹਦੀਆਂ ਵੀਡੀਓ ਪਾਇਆ ਕਰਾਂਗੇ, ਜਿਵੇਂ ਜਿਵੇਂ ਇਹਦਾ ਰਿਜ਼ਲਟ ਮਿਲੂਗਾ, ਕੀ ਪਹਿਲੀ ਚੁਣੀ ਦਾ ਕਿਵੇਂ ਨਿਕਲਦਾ, ਕਿੰਨਾ ਇਹਦਾ ਸਾਰਾ ਝਾੜ ਨਿਕਲਦਾ ਟੋਟਲ, ਇਹਦਾ ਸਾਰਾ ਦੱਸਿਆ ਕਰਾਂਗੇ। ਪਰ ਅੱਜ ਸਾਰਿਆਂ ਨਾਲ ਟੌਪ 'ਤੇ ਆ ਜੀ ਸੀਡ 177, ਮੇਰੇ ਵਾਹਨ ਦੇ ਵਿੱਚ ਤਾਂ ਬਹੁਤ ਚੰਗਾ, ਜੇ ਕਿਸੇ ਨੇ ਵੇਖਣਾ ਹੋਵੇ ਆ ਕੇ ਵੇਖ ਵੀ ਸਕਦਾ। ਮੇਰਾ ਨੰਬਰ ਹੈ 98-569-35,000। ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਕਰਦਾ ਕਰੋ, ਵੀਡੀਓ ਪਾਉਂਦੇ ਰਿਹਾ ਕਰਾਂਗੇ। ਜਿਵੇਂ ਤੁਹਾਨੂੰ ਦੱਸਿਆ ਵੀ ਚਿੱਟੇ ਮੱਛਰ ਦਾ ਫੁੱਲ ਅਟੈਕ ਹੈ ਇਸ ਟਾਈਮ, ਅਤੇ ਚਿੱਟੇ ਮੱਛਰ ਵਾਲੀ ਸਪਰੇ ਕੋਈ ਵੀ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ, ਮਾੜੀ ਸਪਰੇ ਨਾ ਕਰਿਓ, ਜੇ ਚੰਗੀ ਕੰਪਨੀ ਦੀ ਲੈ ਕੇ ਅਤੇ 150 ਲੀਟਰ ਪਾਣੀ ਲਾ ਕੇ ਚੰਗੀ ਸਪਰੇ ਕਰ ਦਿਓ। ਤੇਲਾ ਤੂਲਾ ਕੋਈ ਖਾਸ ਹੈ ਨਹੀਂਗਾ, ਆ ਦੇਖੋਗੇ ਨਾ ਪੱਤਿਆਂ 'ਤੇ ਤੇਲਾ ਵੀ ਹੈਣੀਗਾ ਅਤੇ ਜੂੰ ਵੀ ਹੈਣੀਗੀ, ਪਹਿਲਾਂ ਜਿਵੇਂ ਜੂੰ ਦਾ ਅਟੈਕ ਜ਼ਿਆਦਾ ਆ ਗਿਆ ਸੀਗਾ, ਜੂੰ ਵੀ ਹੈਣੀਗੀ। ਜਿਹੜਾ ਮੇਨ ਆ, ਮੇਨ ਚਿੱਟੇ ਮੱਛਰ ਦਾ ਫੁੱਲ ਅਟੈਕ ਹੈ, ਅਤੇ ਇਹ ਅਟੈਕ 1 ਮਹੀਨਾ ਹੁਣ ਰਹੂਗਾ, ਇਦੂ ਬਾਅਦ ਜਿਹੜੇ ਨੇ ਮਹੀਨੇ ਵਿੱਚ 3-4 ਸਪਰੇਆਂ ਚੰਗੀਆਂ ਕਰਤੀਆਂ ਤਾਂ ਕੰਮ ਬਾਬੇ ਨੇ ਫਤਿਹ ਕਰ ਦੇਣਾ, ਪੱਕ ਜਾਣਾ। ਅਤੇ ਜੇ ਆਪਾਂ ਸਪਰੇਆਂ ਕਈ ਵਾਰੀ ਆਪਾਂ ਉਹ ਜਿਹੀਆਂ ਕਰ ਦਿੰਦੇ ਹਾਂ ਕੋਈ ਮਾੜੀਆਂ, ਕਈ ਵਾਰੀ ਦੁਕਾਨਦਾਰ ਵੀ ਕਹਿ ਦਿੰਦੇ ਰਾਹ ਕਰਦੇ ਆ ਵਧੀਆ, ਜਿਵੇਂ ਕੋਈ ਹਾਰਡ ਜਿਹੀਆਂ ਸਪਰੇਆਂ ਹੁੰਦੀਆਂ, ਉਹ ਫਿਰ ਥੱਲੇ ਵਾਲੇ ਪੱਤੇ ਆ ਜਿਹੜੇ ਆ ਚਿੱਟਾ ਮੱਛਰ, ਇਹਨਾਂ ਨੂੰ ਕਾਲੇ ਕਰ ਦਿੰਦਾ, ਧੂੰਆਂ ਜਿਹਾ ਨਿਕਲ ਜਾਂਦਾ, ਆਪਾਂ ਕਹਿ ਦਿੰਦੇ ਨਰਮਾ ਯਾਰ ਥੱਲੇ ਕਾਲਾ ਜਿਹਾ ਹੋ ਗਿਆ। ਜਿਹੜੀਆਂ ਚੰਗੀਆਂ ਸਪਰੇਆਂ, ਚੰਗੀਆਂ ਸਪਰੇਆਂ ਥੱਲੇ ਨਰਮੇ ਨੂੰ ਕਾਲਾ ਨਹੀਂ ਹੋਣ ਦਿੰਦੀਆਂ ਚਿੱਟੇ ਮੱਛਰ ਵਾਲੀਆਂ। ਇੰਨੀ ਕੁ ਜਾਣਕਾਰੀ ਸੀ,
चिट्टे मच्छर वाली स्प्रे आपो अपनी फसल नूं ध्यान मार के जरूर कर दिओ। चिट्टे मच्छर का अटैक बहुत है, बारी बारी मैं थोड़ा ही दसी जाना क्योंकि मैं हूँ आप स्प्रे करी है, ट्रैक्टर से बैठा नहीं जाता सी, ऐ उड़दा सीगा चिट्टा मच्छर ते ट्रैक्टर के नाल जिवें जिते डीजल जा निकलता उत्थे चिपकिया, इन्ना बहुत ज़्यादा। इन्नी की जानकारी सी, सत श्री अकाल जी, धन्यवाद जी।